ਦੀ ਜ਼ਮੀਨ ਸੜਕ ਨਾਲ ਲੱਗਦੀ ਹੈ ਕਿਉਂ ਗਵਾਂਢੀਆਂ ਦੀ ਨਹੀਂ ਹੁਣ ਆਪਾਂ ਵੜਦੇ ਪਤਾ ਵੀ ਅੱਗੋਂ ਉਹ ਵੀ ਡੱਡ ਹੈ ਉਹਨੇ ਵੀ ਪਸਾ ਦੇਣਾ ਹੁਣ ਨਵਾਂ ਕੰਮ ਸਰਦਾਰਾਂ ਨੇ ਫੜ ਲਿਆ ਜਿਨ੍ਹਾਂ ਦੀ ਜ਼ਮੀਨ ਸੜਕ ਨਾਲ ਲੜਦੀ ਸੜਕ ਦੀ ਵੱਢ ਲਓ ਫਿਰ ਕਿਹੜਾ ਕੋਈ ਰੋਕਣ ਵਾਲਾ ਜੇ ਪਿੰਡ ਦਾ ਸਰਪੰਚ ਕਹੇਗਾ ਭਾਈ ਤੂੰ ਉਹ ਜਗ੍ਹਾ ਜ਼ਮੀਨ ਸੜਕ ਦੀ ਵੱਢੀ ਜਾਂਦਾ ਹੈ ਅੱਗੋਂ ਕਹਿੰਦੇ ਤੈਨੂੰ ਪਤਾ ਹੈ ਸਾਡੀਆਂ 13 ਵੋਟਾਂ ਨੇ ਅਸੀਂ ਪਾਈਆਂ ਤੈਨੂੰ ਸਾਨੂੰ ਕਹਿਣ ਲੱਗ ਸਰਪੰਚ ਚੁੱਪ ਕਰ ਜਾਂਦਾ ਹੈ ਤੇ ਉਹਨੂੰ ਵੇਖ ਕੇ ਦੋ ਚਾਰ ਹੋਰ ਵੱਢ ਲੈਂਦੇ ਨੇ ਤੁਹਾਨੂੰ ਬੇਨਤੀ ਹੈ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਤੁਹਾਡੇ ਲੰਘਣੇ ਨੇ ਤੁਹਾਡੇ ਹੀ ਬੱਚੇ ਆਉਣੇ ਨੇ ਤੁਹਾਡੇ ਪਿੰਡਾਂ ਨੂੰ ਜਿਨ੍ਹਾਂ ਦੀ ਸੜਕ ਨਾਲ ਜ਼ਮੀਨ ਹੈ ਇਮਾਨਦਾਰੀ ਨਾਲ ਛੱਡ ਦਿਓ ਕਣਕ ਬੀਜਣ ਲੱਗਿਆਂ ਵੱਢਿਓ ਨਾ ਜਿੰਨੀ ਗੁਰੂ ਨੇ ਦਿੱਤੀ ਉਹਦੇ ਵਿੱਚ ਬਜਾਈ ਕਰਕੇ ਵੇਖਿਓ ਗੁਰੂ ਨਾਨਕ ਕਿੰਨੀਆਂ ਕੁ ਬਰਕਤਾਂ ਪਾਉਣਗੇ ਤੁਹਾਤੋਂ ਸਾਂਭੀਆਂ ਨਹੀਂ ਜਾਣੀਆਂ ਆਪਾਂ ਸਬਰ ਰੱਖੀਏ ਸਤਿਗੁਰ ਦਾ ਸ਼ੁਕਰਾਨਾ ਕਰੀਏ ਨਹੀਂ ਤੇ ਸਾਧ ਸੰਗਤ ਬੇਈਮਾਨੀ ਨਾਲ 4 ਕੁਇੰਟਲ 4 ਬੋਰੀਆਂ ਵੱਧ ਵੀ ਨਿਕਲ ਆਉਣਗੀਆਂ ਕੋਈ ਜੀ ਢਿੱਲਾ ਮਿੱਠਾ ਹੋ ਜਾਏ ਜੀ ਫਿਰ ਕਿੰਨੇ ਪੈਸੇ ਲੱਗ ਜਾਣਗੇ ਇਸ ਲਈ ਆਪਾਂ ਸਬਰ ਸੰਤੋਖ ਰੱਖਣਾ ਰੱਬ ਦਾ ਸ਼ੁਕਰਾਨਾ ਕਰਨਾ ਸਾਡੀ ਸੜਕ ਵੱਢਣ ਨਾਲ ਹੋ ਸਕਦਾ ਹੈ ਕੋਈ ਕ੍ਰੋਸ ਕਰਨ ਲੱਗਾ ਕਿਸੇ ਦੀ ਗੱਡੀ ਪਲਟ ਜਾਏ ਕੋਈ ਸਕੂਟਰ ਮੋਟਰਸਾਈਕਲ ਡਿੱਗ ਜਾਏ ਤੇ ਕਿੰਨਾ ਨੁਕਸਾਨ ਹੁੰਦਾ ਸੋ ਪਲੀਜ਼ ਇਮਾਨਦਾਰੀ ਨਾਲ ਇਹ ਸ਼ਤਾਬਦੀ ਤਾਂ ਮਨਾਈ ਗਈ ਜੇ ਤੁਸੀਂ ਆਪਾਂ ਸਾਰੇ ਬੇਈਮਾਨੀ ਛੱਡ ਦਿੱਤੀ ਜ਼ਮੀਨ ਨਹੀਂ ਮਿਲਣੀ ਸੜਕ ਦੀ ਜਿੰਨੀ ਸਾਡੀ ਬਣਦੀ ਇਮਾਨਦਾਰੀ ਨਾਲ ਬੀਜੋ ਘਰਾਂ ਵਿੱਚ ਬਾਣੀ ਪੜੋ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਹੋਣਗੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਪ੍ਰਭ ਆਪੇ ਮਿਲੇ ਸਮਾਂ ਸਮਾਪਤ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕਥਾ ਵਿਚਾਰ ਕਰਦੇ ਹਾਂ ਬੇਅੰਤ।